ਕਹਿੰਦਾ ਰਗੀ ਨੇ ਖੋਲਤਾ ਰੱਸਾ ਉਹ ਪੈਕ ਚਾਚਾ ਪਿਆ ਇੱਥੇ ਚੰਦਰੀ ਜਨਾਨੀ ਓਏ ਹੋਰ ਲਿਆ ਕੋਈ ਚੱਜ ਦੀ ਮਿਲ ਜੂਗੀ ਜੇ ਮੈਂ ਚੰਦਰੀਆਂ ਬਥੇਰੇ ਮਿਲਦਾ ਬਥੇਰੇ ਬੱਚੇ ਆਉਂਦੇ ਤੇ ਆ ਦੇਖ ਲੈ ਤੜਕੀ ਲੱਗੇ ਨਾ ਮੇਰੇ ਸਰੋਪੇ ਪਾਉਣ ਉੱਡਾ ਹੀ ਰੰਡੀ ਰੋਣਾ ਜੀ ਕਾਹਦੋਂ ਲੜੀ ਜਾਂਦੇ ਹੋ ਜਦੋਂ ਗਏ ਆ ਉਦੋਂ ਵੀ ਆਈ ਕੁਛ ਹੁਣ ਆਇਆ ਫੇਰ ਉਹੀ ਕੁਛ ਆ ਆ ਕੀ ਜਰੂਸ ਕਰ ਜਾ ਖੜ ਜਾ ਹਾਂ ਮੈਂ ਕਾਇਆ ਹਾਂ ਕਿ ਤੰਬੂ ਜਾ ਪਾਰਖੇ ਨਹੀਂ ਕੱਪੜੇ ਨੇ ਹੋਰ ਕੀ ਇਹ ਤੇ ਮੈਂ ਕਦੋਂ ਕਹਿਣੀ ਵੀ ਇਹ ਕੱਪੜੇ ਨਹੀਂ ਹੈਗੇ ਸੋਹਣੀ ਲੱਗਦੀ ਇਹ ਜੇ ਕੱਪੜੇ ਪਾਉਂਦੀ ਮਾੜੀ ਕਿਹੜੇ ਪਾਸੇ ਲੱਗਦੀ ਹੈ ਦੇ ਕੰਜਰਾ ਨੂੰ ਐਸ ਕਰਦੀ ਹੈ ਵੀ ਨਹੀਂ ਹੈਗੀ ਤੂੰ ਸ਼ਰਮ ਕਰ ਲੈ ਇਹ ਜਾਂ ਤਾਂ ਕੋਈ ਉਹੀ ਨਹੀਂ ਪਾਉਂਦਾ ਪਾਉਣ ਲੱਗ ਗਏ ਤੇਰੇ ਚੂਡੀਆਂ ਵੜਦਾ ਵਗ ਜਾ ਵਗ ਜਾ ਉਹ ਕੰਮ ਦਾ ਨਹੀਂ ਕਾਰ ਦਾ ਨਹੀਂ ਸਾਰੇ ਟੱਪਰ ਨੇ ਅੰਤ ਲਿਆ ਕਿ ਕੋਈ ਵੀ ਨਹੀਂ ਕਿਸੇ ਪਾਸੇ ਲੱਗਦਾ ਐ ਕਰ ਮੇਰੀ ਗੱਲ ਸੁਣ ਵੇ ਇਹਦਾ ਅਟੈਕ ਟੂਕ ਆ ਗਿਆ ਕਦੇ ਆਪਣੇ ਗਲ ਪੈ ਜੂਗਾ ਉਹਨੂੰ ਕਰਦੇ ਵੀ ਤਾਂ ਕੁਝ ਨਹੀਂ ਮੈਂ ਕਰਦਾ ਨਾ ਮੈਨੂੰ ਘੁੱਟ ਚਾਹ ਦੀ ਬਣਾ ਕੇ ਦੇ ਦੇ ਤੂੰ ਇਹਨੂੰ ਵੀ ਤਾਂ ਕਰ ਆਹੋ ਕਰਦਾ ਨਾ ਕਰਦਾ ਨਾ ਹਾਂ ਜੀ ਮੇਰਾ ਸਾਲਾ ਉਹੀ ਕੰਮ ਕਰਾਦਾ ਉਹ ਕਲੇਸ਼ ਚਾਹ ਨਾ ਕਿਤੇ ਤੈਨੂੰ ਮੂਤ ਪਿਲਾਦਾ ਮੈਂ ਤੂੰ ਖੜਾ ਹੋ ਬਈ ਬਣ ਕੇ ਆਪਦੇ ਘਰੇ ਜਾ ਚਾਹ ਫੇਰ ਦੇਖਾਂਗੇ ਠੀਕ ਹੈ ਮੇਰਾ ਤਾਂ ਕਲੇਸ਼ ਹੋ ਗਿਆ ਤੂੰ ਵਗ ਜਾ ਆਥਣੇ ਦੇਖਾਂਗੇ ਕੀ ਕਲੇਸ਼ ਹੋ ਗਿਆ ਯਾਰ ਪੁੱਤਰੀ ਭਰਜਾਈ ਲੜਦੀਆਂ ਕੰਜਦਾ ਤੇਰੇ ਵੀ ਜੁੱਤੀਆਂ ਲਾਉ ਮੈਂ ਤਾਂ ਖਾਇਆ ਆ ਉਹ ਆਈ ਦੀ ਮਿਲ ਵੇ ਜਾ ਭਗ ਜਾ ਭਾਈ ਵੜ ਕੇ ਭਗ ਜਾ ਮਨ ਚਾ ਹਟ ਯਾਰ ਮੈਂ ਪੈਣਾ ਮੇਰਾ ਸਰੀਰ ਟੁੱਟਿਆ ਜਾਂਦਾ ਜੀ ਜਾ ਆ ਉਹੀ ਕੰਮ ਕਰਾਤਾ ਉਦਾਂ ਬਣਿਆ ਚਾਹ ਦਾ ਤਾਂ ਮੈਨੂੰ ਵੀ ਦੁੱਧ ਚ ਬੱਤੀ ਪਵਾਤੀ ਬਣੀ ਨਹੀਂ ਜਾ ਉਹ ਨਹੀਂ ਬਣੀ ਓਏ ਜਾ ਭਗ ਜਾ ਚਾਚੇ ਦੇਖਣ ਨੂੰ ਚਾਹ ਕਰਨੀ ਹਜੇ ਤੱਕ ਰੁੜੇ ਨੀ ਕਿੱਥੇ ਮੈਨੂੰ ਕੀ ਪਤਾ ਤੇਰੇ ਚਾਚੇ ਦੀ ਤੈਨੂੰ ਪੂਛ ਫੜੀ ਹੋਣੀ ਉਹ ਮੇਰੇ ਤਾਏ ਨਾਲ ਰਹਿੰਦਾ ਮੈਂ ਤਾਂ ਛੇੜਦਾ ਇਹਨੂੰ ਫਿਰ ਪਿਆ ਹੈ ਉਹ ਤਾਏ ਨਾਲ ਲੈ ਘਰੇ ਤਾਂ ਰੱਖਦੇ ਨੀ ਉਹਨੂੰ ਹੋਰ ਕਿਤੇ ਪਾਸੇ ਜਾਊਗੀ ਫਿਰ ਉਹ ਰੱਸਾ ਨਿਕਲਿਆ ਹੋਇਆ ਮਨ ਨਾ ਮੰਨ ਤੂੰ ਵੀ ਐਂ ਕਹਿੰਦੀ ਮੈਂ ਤੈਨੂੰ ਸੰਗਲ ਲਾ ਲੈਣ ਪੁੱਤੇ ਨੂੰ ਘਰੇ ਲੋੜੇ ਨੀ ਹੈਗੀ ਨਾ ਇੱਧਰ ਜਾਊ ਨਾ ਉੱਧਰ ਜਾਊ ਕਾਹਨ ਉੱਧਰ ਮੈਂ ਦੱਸਦਾ ਯਾਰ ਮੈਨੂੰ ਤਾਂ ਪਾਰ ਕੇ ਨਾਲੇ ਆ ਹੋ ਰਿਹਾ ਕਿ ਪੈ ਗਿਆ ਬਾਂਗਰੀਆ ਮੇਰਾ ਦਿਮਾਗ ਖਾ ਜਾਂਦਾ ਤਾਰੇ ਮਾਰੇ ਮੇਰੇ ਲੈ ਕਰੀ ਜਾਂਦਾ ਉਹ ਫਿਰ ਤਾਂ ਸਰਦਾ ਨਹੀਂ ਕੁਛ ਮੈਂ ਤਾਂ ਲੜੇਗਾ ਸੰਗ ਤੇ ਕਿੱਟੇ ਮੈਂ ਤਾਂ ਕਹਿੰਨੀ ਆ ਇਹ ਮੈਨੂੰ ਸੰਗ ਨਹੀਂ ਮੇਰਾ ਹੈ ਵੇ ਮੈਂ ਤਾਂ ਤੈਨੂੰ ਐਂ ਕਹਿੰਨੀ ਆ ਇਹਦਾ ਤਾਂ ਬੇੜਾ ਪੂਰਾ ਹੋ ਗਿਆ ਉਹ ਪੈ ਦੇਖ ਲੈ ਉਹ ਦੇਖ ਲੈ ਕਿਵੇਂ ਤਾਹਾਂ ਲੱਤਾਂ ਲਾ ਰੱਖੀਆਂ ਨੇ ਪਤਾ ਨਹੀਂ ਕਿ ਆਕਸੀਜਨ ਬਾਹਰ ਦਾ ਉੱਤੋਂ ਪੁੱਤਾ ਹੈ ਵਿਆਹ ਕਹਿੰਦੀ ਮੈਂ ਤਾਂ ਇਹਦੇ ਕਣੀ ਦੇਖ ਕੇ ਤੈਨੂੰ ਨਹੀਂ ਕਿਸੇ ਨੇ ਰਿਸ਼ਤਾ ਕਰਨਾ ਤੇਰਾ ਕੀ ਬਣੂਗਾ ਕੋਈ ਨਾ ਬੜਦਾ ਜੁੜੇਦਾ ਮੈਂ ਕੀ ਜੁੜ ਵੱਡੇਗਾ ਇਹਦਾ ਕਰਦਾ ਕੋਈ ਨਾ ਹਿੱਲਦਾ ਹੱਥ ਨਹੀਂ ਜਾ ਕੇ ਬਸ ਮੈਂ ਹਿੱਲੇ ਤਾਂ ਬਹੁਤ ਵਾਰੀ ਸੁਣ ਲੈ ਤੇਰੇ ਮੂੰਹ ਤੋਂ ਕੋਈ ਹਿੱਲਾ ਨਹੀਂ ਬਣਦਾ ਹੈਗਾ ਤੂੰ ਵੀ ਗੋਲ ਗੱਪੇ ਜਾਂ ਬੋਲਣ ਜੋਗੀ ਹੈਗਾ ਬਾ ਠੀਕ ਹੈ ਬਾਂਗਰੂ ਜਿਹਾ ਉਹਨੂੰ ਦੱਸੂ ਪਤਾ ਮੈਂ ਕੀ ਦੱਸੇਗਾ ਉਹਨੇ ਤੜਕੇ ਦਿਮਾਗ ਕਰਕੇ ਦੋ ਇੱਧਰ ਮਾਰ ਦੋ ਇੱਧਰ ਮਾਰਦਾ ਮੇਰੇ ਉਹ ਤੇਰਾ ਦਿਮਾਗ ਵੀ ਮੱਲਰ ਇੰਨਾ ਨਹੀਂ ਮੋਟਾ ਕਰਕੇ ਮਾਰ ਮਾਰ ਕੇ ਛਿੱਤਰ ਜੁੱਤੀਆਂ ਖਾਣ ਜੋਗੀ ਹੈ ਤੂੰ ਹੋਰ ਕਾਸ ਜੋਗਾ ਤੂੰ ਵੀ ਨਹੀਂ ਹੈਗਾ ਚੱਲ ਦੱਸ ਦੱਸ ਕਿੱਥੇ ਮੇਰਾ ਆਉ ਕੀ ਪਿਆ ਆਉ ਕੀ ਹੈ ਜਾ ਕੇ ਦੇਖ ਲੈ ਹੈਲੋ ਹੈਗਾ ਵੀ ਹੈ ਦੇਖ ਲਿਆ ਲੈ ਚੱਜ ਨਾਲ ਅੱਛਾ ਸੱਚੇ ਓਏ ਓਹੋ ਓਹੋ ਨਹੀਂ ਖੜਾ ਹੋ ਗਿਆ ਮਿੰਟ ਮਾਰਾ ਧਰਮ ਰਾਜ ਨਾਲ ਸਿੱਧੀ ਗੱਲ ਹੋ ਰਹੀ ਇਹਦੀ ਮੇਰੀ ਤੂੰ ਧਰਮ ਰਾਜ ਕੁਛ ਨਹੀਂ ਕਹਿਣਾ ਤੂੰ ਚੱਲ ਘਰੇ ਚੱਲ ਯਾਰ ਫਿਰਤੀ ਲਾ ਕੀ ਦੀ ਪਰਮਾਤਮਾ ਨਾਲ ਇਹ ਤਾਂ ਮੈਨੂੰ ਆ ਲੱਗਦਾ ਤੀਸਰਾ ਨੇਤਰ ਕੋਈ ਕਿਹੜਾ ਖੁੱਲਦਾ ਹੁੰਦਾ ਰ ਦਸਵਾਂ ਦਵਾਰ ਉਹ ਨਾ ਖੋਲ ਕੇ ਬਹਿ ਗਿਆ ਹੋਵੇ ਇਹ ਹਾਂ ਜੇ ਨਾ 5 ਕਿ ਮਿੰਟ ਆਉਂਦੀ ਨਾ ਖੁੱਲ ਹੀ ਗਿਆ ਦੇ ਉਹਦਾ ਖੁੱਲ ਹੀ ਗਿਆ ਨਾ ਰੋਟੀ ਖਾ ਲਿਦਾ ਮੈਨੂੰ ਕਿਹੜਾ ਰੋਟੀ ਦੇਣਾ ਮੈਂ ਮੈਨੂੰ ਐਂ ਦੱਸ ਤੂੰ ਤੇਰੇ ਮੂਰੇ ਪੁੱਤ ਬਣ ਕੇ ਹੱਥ ਬੰਦੀ ਆਪਦਿਆਂ ਨੂੰ ਆਪਦੇ ਘਰੇ ਰੱਖ ਲੈ ਕਰ ਉਰੇ ਨਾ ਭੇਜਿਆ ਕਰ ਉਹ ਤਾਂ ਹੀ ਆ ਲੈਣ ਨੂੰ ਵਾਸਤੇ ਮੈਂ ਬੌਸ ਨੇ ਆ ਗਿਆ ਲੈਣ ਹਨਾ ਮੈਂ ਲੈ ਸਾਰੇ ਪਿੰਡ ਦੇ ਲੱਭ ਕੇ ਆਇਆ ਪਹਿਲਾਂ ਨੂੰ ਕਿਤੇ ਲੱਗਾ ਬੰਤਾ ਜਦੋਂ ਤੈਨੂੰ ਪਤਾ ਇਹਦਾ ਥਾਂ ਟਿਕਾਣਾ ਕਿੱਥੇ ਫਿਰ ਪਹਿਲਾਂ ਕਹਿੰਨੀ ਐਂ ਲੈਣ ਮੈਂ ਬਾਅਦ ਇੱਥੇ ਕਿਤੇ ਬੈਠੋਗਾ ਥਾਈ ਤੂੰ ਤੇ ਇੱਥੇ ਕਿਤੇ ਮੈਂ ਨਾ ਵੱਡਾ ਇੱਥੇ ਘੁੰਮਦਾ ਜੀ ਰੋਟੀ ਖਾ ਲਈ ਕਿ ਨਾ ਤਾਂ ਮੈਂ ਕਿੱਥੇ ਖਾਦੀ ਐ ਇਹਨੂੰ ਲੱਭਦਾ ਤੜਕੇ ਨਾ ਮੈਂ ਤਾਂ ਫਿਰ ਇਹ ਤੇਰੇ ਮੂੰਹ ਚ ਬੁਰਕੀਆਂ ਪਾਊਗਾ ਹਾਂ ਖਾ ਲਈ ਮੈਂ ਤਾਂ ਆ ਜਾ ਤੂੰ ਖਾ ਲੈ ਹਾਂ
सवेरे नी देखा मम्मी कि बोलते बोल बोल के मेरा सिर दुखन लादा सिर घोट दो मेरा सिर घोट दो हुण तुसी क्यों मेरा खून चूसी जाने हो पहले ही बथेरा चूस लिया उन्होंने मैं तां ऐ कहनी आ मेरी गल सुनो ऐ कर दे आपां अड हो जाने रोज रोज ही किच किच नालों की फायदा वा ना तो मम्मी की मेरे ना बननी ना मेरी उन्हों का बननी क्या थोनू पता मेरा रहन सहन कि वा उन्होंने नहीं ये सब कुछ चंगा लगता है कोई फायदा नहीं मेरे उम्र बढ़ा दे बापू तो कर दे नहीं वाटे बड़ी बेबे नू तो ब्याह ना करवाना सी फिर एक ना एक दिन तो होना ही सी अड तेनू नहीं पता सी भी इहो जिहा कुछ हुंदा पिंड च ना करवाउंदी पिंड च ब्याह मैनू की पता सीगा तो बचोले का बेड़ा बह गया कराउण वाले का बचोले नू फड़ लाउण बचाले सिर दुखन लाता मेरा तला दा बीपी लो हो गया बोल बोल के इना यार मेरी गल सुन मैं ससुर मैं तेन गोली लिया गोली ना कुछ और सिर घोट दो तुसी हुण नाले बापू ने कर लेने गल फिर गल गुल पता ही है केड़ी गल करनी है तुसी कर लूंगा मैं नाले हुण कपड़े बदल लाब दे मैं तो आही पाके रखूंगी तू बड़ा घट है कलेश दा घर तू भी आहो मैं कलेश दा घर आ जेड़ा कलेश पाउंदा ओनू कदे कहना नहीं हैगा कलेश दा घर दस मम्मी नू केड़ा किसे ने रोकया मम्मी पा लिया करे पेंट शर्ट केड़ा कोई बोलदा वा होया की है कपड़े नू इन्ने सोहणे लगदे ने शहर च फिर भी कुड़िया वन पीस पाउंदियां ने मैं टू पीस पाई फिर कोई नी देख दी इन्हां जे तां अड होणगे ठीक है नहीं तो मैं आपदा जुली बिस्ता चक के पेके तुर जाना टब्बर का बेड़ा वो जमी काशे दे हाथ नहीं लागे ना जी हां की करी जाना है तेरी मां दा मकलावा करदा तेरी हुण हो ता गया होर किन्ने करेगा दोबारे फेर कर लांगे पिछे फिर मैं तेन कहती बड़ा कलेश कर मैं कोई कलेश नहीं करता बी तेरी मां कलेश कर सारी उम्र मेरे नाल ही कढ ली असीं तां कट्ठे ही मरांगे समझा दूंगा बड़ी गुड़ मेरे साले हाथ हथ ला लिया करो महंगे गुट पी बनी पकाई ना मान मैं तेन ए खवावेगा तू तेरे लवे की है
बदल नहीं तू भी पा लिया करी दोने नच लिया करो बेड़े चाहे जमाने सानू कानू पता है ओ मड़ी मुड़ी शर्म कर ला समझा दया कर क्यों लोई लाही है तुसी ने जमी शर्मे ला रखिया सड़े ने देख ले ब्याह के ताए लिया ती भी ले सारे काम सामलूगी नूं कर दाउन सार आए पता नहीं ती भी पहला दो तीन लग रहे ने एक होर लग जूगी आके आप नूं सारा सैपा करना पऊगा इन्हां दा सुखे नहीं हैगा कर्मा च जिन्ना मर्जी करी जा जुत्तीए ने थोड़ियां खा लै चाहे बालियां खा लै मम्मी हां धोले भांडे क्यों धोले ते नहीं हां भांडे धोले तुसी मैनूं तां लगदा वी धोते जे कोई कमी पेछी तैनूं लगदी है दुबारे धो दे मैं तां ऐ कहंदी सी मम्मी उहना कपड़े धो दिओ हो देख लै लै हां मैं तां ऐ कहंदी तैनूं फिर कपड़े वी धो दूं जे कहे तां तैनूं बुरशों ला के समार के दुबारे नवा दिंदी आ शर्म तां नहीं आउंदी कहंदी नूं मम्मी की तुसी जो देखो लड़दे का तो रहने हो ना ना मैनू आए दस नी पहला मेरा घट नहीं उरे लहू पीण वाले एक तू लागी मैनू आके तू काम वास्ते ल्यांदी तू रे तेरी मूर्त नहीं बनाउणी तू रे लिया के सी ने मम्मी जी मैं ना कदे काम करया ते ना मैं करूंगी सिद्धी जी गल मेरे कोले काम ता तन्नू मैं लाऊंगी करन नाले काम तू करया भी करेंगी देखी फिर किवें भज्जी भज्जी फिरेंगी तेरे मुंह कणी मैं एक दो दिन ही देखूंगी मम्मी बाकी गल छड्डो मैनू ऐ दसो इन्हां ने थोड़े नाल कोई गल करी है तेरे पुत ने तेरे नाल कोई गल करी है जा नहीं करी इन्होंने ओन्होंने होर बुझारता ही पाई जांदी है मेरे नाल की गल करनी है उन्हें देखो मम्मी मैं थोनू सीधी सीधी गल दसदी आ मैनू पता सी गल करनी नहीं हैगी मैं इन्हां नूं कहा सी डैडी नाल भी गल कर लो मम्मी नाल भी गल कर लो नहीं मैनू तां दस दे गल की होई आ पहली डैडी तक गल पहुंचा दे की तां मेरे कोल ही मसला आवे दुबारे फिर इह चलो मैं थोनू दस दे तां ही मैनू ऐ सी वी इहने तां कोई गल करनी मैं आप गल करदी आ तू गल दस मैनू मेरे लवे इन्ना टाइम नहीं हैगा होर भी कम बथेरे ने हां मैं देखो रोज रोज ही किच किच नालों तंग आई पई आ सीधी जी गल ठीक है मेरे तो कम हुंदे नहीं मैं ऐ कहना वी सानू अड कर दो आ बूथी अड होण वाली है मुंह देखिया कदे ਜਣਾਂ ਦੀ ਤੌੜੀ ਦੇ ਉੱਤੇ ਚੱਪਣ ਧਰਿਆ ਹੁੰਦਾ ਮੰਮੀ ਜੀ ਮੈਂ ਮੂੰਹ ਦੇਖ ਕੇ ਹੀ ਗੱਲ ਕਰ ਰਹੀ ਹਾਂ ਮੈਨੂੰ ਪਤਾ ਮੇਰਾ ਇੱਥੇ ਸਰਨਾ ਨਹੀਂ ਹੈਗਾ ਸਿੱਧੀ ਜੀ ਗੱਲ ਫਿਰ ਤੈਨੂੰ ਕਿੱਥੇ ਛੱਡ ਕੇ ਆਈਏ ਕੋਈ ਚੰਡੀਗੜ੍ਹ ਪਟਿਆਲੇ ਫਲੈਟ ਦਵਾ ਦਨੇ ਉੱਥੇ ਰਹਿ ਜੀ ਜੂਰੇ ਨਹੀਂ ਰਹਿ ਜਾਂਦਾ ਫਿਰ ਮੈਂ ਤਾਂ ਇਹਨਾਂ ਨੂੰ ਕਿਹਾ ਸੀਗਾ ਵੀ ਅੱਡ ਹੋ ਜਾਓ ਅਸੀਂ ਕਿਤੇ ਹੋਰ ਜਾ ਕੇ ਰਵਾਂਗੇ ਅੱਛਾ ਹੋਰ ਰਹੇਗੀ ਰੋਟੀ ਤੱਥੋਂ ਨਹੀਂ ਪੱਕਦੀ ਸਬਜ਼ੀ ਤੂੰ ਨਹੀਂ ਬਣਾ ਸਕਦੀ ਇਹਨਾਂ ਨੂੰ ਰੋਟੀ ਪਕਾ ਕੇ ਖਵਾ ਦੇਗੀ ਪਤੰਦਰ ਨੂੰ ਮੈਂ ਥੋੜੀ ਖਵਾਉਂਗੀ ਮੈਂ ਤਾਂ ਕਹਿਤਾ ਸੀ ਮੈਂ ਕਿਹਾ ਕੋਈ ਨਹੀਂ ਆਪਾਂ ਕੰਮ ਵਾਲੀ ਰੱਖ ਲਾਂਗੇ ਤੇ ਰੋਟੀ ਹੋਟਲ ਤੋਂ ਮੰਗਾ ਲਿਆ ਕਰਾਂਗੇ ਹੋਰ ਕੰਮ ਵਾਲੀ ਰੱਖ ਲਾਂਗੇ ਕਿਉਂ 20-25 ਕਿੱਲੇ ਨੇ ਜਿਹੜੀਆਂ ਦੋ ਕਿੱਲੜੀਆਂ ਨੇ ਕੁਛ ਤਾਰੇ ਬਾਪ ਨੇ ਪਹਿਲਾਂ ਬਕਿਆਤੀਆਂ ਰਹਿੰਦੀਆਂ ਖੁੰਦੀਆਂ ਮੱਲਾ ਨਾ ਤੂੰ ਬਕਿਆਵੇਂਗੀ ਸਾਨੂੰ ਦੋਨੇ ਮਾਂ ਪੁੱਤਾਂ ਨੂੰ ਤੁਸੀਂ ਦੋਨੇ ਸੱਸ ਨੂੰ ਸਹੁਰੇ ਨੇ ਮੰਗਣ ਲਾਉਂਗੇ ਮੇਰੀ ਗੱਲ ਸੁਣੋ ਮੰਮੀ ਜੀ ਤੁਸੀਂ ਕੀ ਕਰੋਗੇ ਅੱਧੀ ਉਮਰ ਤੁਹਾਡੀ ਨਿਕਲ ਗਈ ਥੋੜੀ ਜਿਹੀ ਉਮਰ ਰਹਿੰਦੀ ਹੈ ਤੇ ਕਿ ਤੁਸੀਂ ਰੋਟੀ ਖਾ ਲਓ ਨਾ ਕੀ ਗੱਲ ਥੋੜੀ ਜਿਹੀ ਉਮਰ ਰਹਿੰਦੀ ਹੈ ਲੈ ਕੇ ਲੈ ਜੀ ਤੂੰ ਮੇਰੀ ਉਮਰ ਵੀ ਨਹੀਂ ਰਹਿੰਦੀ ਮੇਰੀ ਗੱਲ ਸੁਣੋ ਤੁਸੀਂ 2 ਕਿੱਲੇ ਇੱਕ ਤੇ ਧਰ ਕੇ ਲੈ ਕੇ ਜਾਣੇ ਆ ਦੋ ਆ ਚਾਹੇ 4 ਆ ਜਿੰਨੇ ਮਰਜ਼ੀ ਤੂੰ ਸਾਨੂੰ ਦੇ ਕੇ ਭਰੇ ਕਰੋ ਅਸੀਂ ਅੱਜ ਹੀ ਛੱਡ ਰਹੀ ਤੂੰ ਖਾ ਕੇ ਹੜੱਪ ਜਾਏਂਗੀ ਹਾਜਮ ਜਾਏਂਗੀ ਮਿੰਟ ਚ ਡਕਾਰ ਜਾਏਂਗੀ ਤੇਰੇ ਵਾਸਤੇ ਰੱਖੀ ਆਓ ਮੰਮੀ ਜੀ ਹੌਲੀ ਬੋਲਿਆ ਕਰੋ ਬਹੁਤ ਉੱਚੀ ਬੋਲਦੇ ਹੋ ਮੈਂ ਤਾਂ ਐਂ ਬੋਲੂੰਗੀ ਕੰਨਾਂ ਚ ਰੂੜ ਦੇ ਲੈ ਹਾਂ ਹੁਣ ਮੇਰੀ ਸ਼ਾਂਤੀ ਨਾਲ ਗੱਲ ਸੁਣੋਗੇ ਸੁਣਾ ਦੇ ਹੁਣ ਸ਼ਾਂਤੀ ਵਾਰ ਦੇ ਵਿੱਚ ਲਿਆ ਕੇ ਕਦੇ ਇਹਨਾਂ ਨੂੰ ਕਦੇ ਉਹਨਾਂ ਨੂੰ ਹੁਣ ਸ਼ਾਂਤੀ ਆ ਗਈ ਨੇ ਪੁੱਤੀ ਇੱਕ ਤਾਂ ਮੰਮੀ ਪਤਾ ਨਹੀਂ ਕੀ ਖਾ ਲੈਨੇ ਹੋ ਇੰਨਾ ਕੌੜਾ ਬੋਲਦੇ ਹੋ ਇੰਨਾ ਤੇਜ਼ ਬੋਲਦੇ ਆਂ ਲਾਜੇ ਇੱਧਰ ਦੀ ਪਤਾ ਨਹੀਂ ਮੇਰੇ ਤੱਤਾ ਕਿਸੇ ਨੇ ਤੇਲ ਪਾਤਾ ਹੁੰਦਾ ਹੋਰ ਤੂੰ ਤਾਂ ਦੇਖ ਕਿੰਨਾ ਮੁੱਠਾ ਕੋਇਲ ਵਰਗੀ ਬਾਜ ਹੈ ਤੇਰੀ ਹਨਾ ਜਦੋਂ ਬੋਲਦੀ ਆ ਨਾ ਮੂੰਹ ਚ ਪਤਾਸੇ ਕਰਦੇ ਨਹੀਂ ਆਏ ਮੰਮੀ ਮੰਮੀ ਕਹਿੰਦੀ ਇੱਧਰ ਤਾਂ ਮੂੰਹ ਨਹੀਂ ਸੁੱਕਦਾ ਹੈਗਾ ਹੁਣ ਮੇਰੀ ਗੱਲ ਸੁਣੋ ਮੈਂ ਤਾਂ ਐ ਕਹਿਨੀ ਆ ਜੇ ਮੈਂ ਇਹਨਾਂ ਨਾਲ ਅੱਡ ਹੋ ਜੂੰਗੀ ਤਾਂ ਤੁਹਾਡਾ ਮੁੰਡਾ ਹੀ ਆ ਇਹਦਾ ਹੀ ਕੁਝ ਬਣੂਗਾ ਕਿਸੇ ਹੋਰ ਦਾ ਤਾਂ ਬਣੂਗਾ ਨਾ ਨਾ ਸਾਨੂੰ ਕੁਝ ਬਣਾਉਣ ਦੀ ਲੋੜ ਨਾ ਅੱਜ ਤੱਕ ਇਸ ਘਰ ਚ ਕੁਝ ਬਣਿਆ ਤੇ ਨਾ ਅੱਗੇ ਬਣੇ ਅੱਡ ਉੱਡ ਹੋਣ ਵਾਲੀ ਗੱਲ ਤਾਂ ਨਾ ਤੂੰ ਦਿਮਾਗ ਚੋਂ ਕੱਢ ਦੇ ਦੇਖ ਲੈ ਨਹੀਂ ਫਿਰ ਤੈਨੂੰ ਮੈਂ ਸੱਸ ਵਾਲਾ ਅਸਲੀ ਰੂਪ ਦਿਖਾ ਕੇ ਛੱਡੂੰਗੀ ਫੇਰ ਨਾ ਕਹੀ ਵੀ ਮੇਰੀ ਗੁੱਤਨੀ ਜੀ ਫੜ ਲਈ ਇਹਨੇ ਨਹੀਂ ਫਿਰ ਤੁਸੀਂ ਚੰਗੇ ਰਹੋਗੇ ਜੇ ਉਹਦਾ ਘਰ ਖਰਾਬ ਹੋ ਜਾਊਗਾ ਮੈਂ ਤਾਂ ਪੇਕੇ ਚਲ ਜਾਊਂਗੀ ਤੂੰ ਜਾ ਪੇਕੇ ਤੂੰ ਪੇਕੇ ਜਾ ਮੇਰੇ ਪੁੱਤ ਨੂੰ ਬਥੇਰੇ ਰਿਸ਼ਤੇ ਨਹੀਂ ਐਨੇ ਰਿਸ਼ਤੇ ਆਉਂਦੇ ਤੇ ਤਾਂ ਬਹਿ ਗਿਆ ਲੈ ਪੁੱਤੇ ਦਾ ਬਚੋਲੇ ਦਾ ਬੇੜਾ ਕਹਿੰਦਾ ਐਨੀ ਸੋਹਣੀ ਸੁਨੱਖੀ ਕੁੜੀ ਹੈ ਗੁੱਡੀ ਵਰਗੀ ਕੁੜੀ ਆ ਦੇਖ ਲੈ ਸੋਹਣੀ ਸੁਨੱਖੀ ਕੀ ਆਂ ਤੈ ਸੋਹਣੀ ਸੁਨੱਖੀ ਦਾ ਮੈਨੂੰ ਤਾਂ ਆਪ ਕਹਿੰਦੇ ਸੀ
ਵੀ ਇੰਨੇ ਵਧੀਆ ਸੱਸ ਸਹੁਰੇ ਮਿਲਣਗੇ ਤੈਨੂੰ ਕਿਸੇ ਚੀਜ਼ ਦੀ ਘਾਟ ਨੀ ਹੋਊਗੀ, ਜੋ ਤੇਰਾ ਜੀ ਕਰੂਗਾ ਉਹ ਕਰੀ, ਪਰ ਮੈਨੂੰ ਨੀ ਸੀ, ਮੈਂ ਤਾਂ ਆਪ ਕਹਿੰਦੀ ਵਿਚੋਲੇ ਦਾ ਬੇੜਾ ਹੀ ਬਹਿ ਗਿਆ। ਘਾਟ ਤੈਨੂੰ ਕੱਲੀ ਛਿੱਤਰਾਂ ਦੀ ਹੈ, ਹੋਰ ਤਾਂ ਸਾਰੀਆਂ ਕਮੀਆਂ ਪੇਸ਼ੀਆਂ ਤੇਰੀਆਂ ਪੂਰੀਆਂ ਹੁੰਦੀਆਂ ਨੇ, ਉਹ ਹਲੇ ਤੇਰੇ ਸਮਾਰ ਕੇ ਲੱਗਣ ਨੀ ਲੱਗੇ, ਜਿੱਦਾਂ ਦੋ ਕਲਾਤੇ ਤੇਰੇ ਗੁੱਤਨੀ ਚ ਦੇਖ ਲੈ ਉਹਦੀ ਸੁਧਰ ਜਾਏਗੀ ਨਾਲ ਦੀ ਨਾਲ। ਮੰਮੀ ਜੀ ਪਹਿਲੀ ਗੱਲ ਤਾਂ ਮੇਰੇ ਨਾਲ ਇਦਾਂ ਗੱਲ ਕਰਨ ਦੀ ਲੋੜ ਨੀ, ਮੇਰੇ ਮਾਂ ਪਿਓ ਨੇ ਮੈਨੂੰ ਫੁੱਲਾਂ ਵਾਂਗੂ ਪਾਲਿਆ ਵਾ, ਤਾਂ ਮੈਨੂੰ ਆਇਆ ਮੈਨੂੰ ਇੱਥੇ ਵੀ ਤੁਸੀਂ ਪਿਆਰ ਨਾਲ ਰੱਖੋ, ਜੇ ਰੱਖੀ ਰਹਿ ਰੱਖੋ ਉੱਥੇ ਰਹਿ ਗੁਲਾਬ ਦਾ ਫੁੱਲ ਬਣ ਕੇ ਤੇਰੀ ਮਾਂ ਤੇ ਤੇਰੇ ਪਿਓ ਲਵੇ, ਇੱਥੇ ਨਹੀਂ ਇੱਥੇ ਪਰ ਕੰਡਿਆਂ ਹੀ ਚੋਬਣਗੇ, ਜੇ ਤੋਲੇ ਇਹਨਾਂ ਨੂੰ ਜਾ ਕੇ। ਮੈਂ ਨਹੀਂ ਧੋਂਦੀ, ਐਂ ਪਏ ਨੇ, ਐਂ ਰੱਖ ਦੇਣੇ ਆ ਗੁਲਾਬ ਦੇ ਚੱਕ ਕੇ ਸਿੱਖ, ਨਹੀਂ ਧੋਤੇ ਜਾਂਦੇ, ਅੱਜ ਧੋਣ ਨੂੰ ਕਹਿੰਦੇ ਕੱਲ ਨੂੰ ਕਹਿੰਗੇ ਪ੍ਰੈਸ ਕਰਕੇ ਦੇ, ਤੇ ਮੈਂ ਤਾਂ ਤੈਨੂੰ ਕਹਿੰਦਾ ਡਰੈਕ ਕਲੀਨ ਕਰਕੇ ਨਾ ਦੇ ਦਾਂ, ਕਮਾਲ ਕਰਦੀ ਐ ਜਮੀ। ਮੰਚਾ ਕਿੱਧਰ ਗਿਆ? ਉਹ ਮੈਂ ਮਰਚਾਂ ਜਮੀ ਕਮਾਲ ਹੋ ਗਈ, ਮੈਨੂੰ ਤਾਂ ਪਤੀ ਨਹੀਂ ਲੱਗਿਆ ਕਿਹੜੇ ਵੇਲੇ ਉੱਠ ਖੜਿਆ ਉਹ, ਕਿਤੇ ਉਈ ਤਾਂ ਨਹੀਂ ਰੁੜ ਜਾਣੇ ਨੇ ਕੋਈ ਚੰਦ ਚਾੜਤਾ, ਉਹ ਛੜੇ ਮਲੰਗ ਨਾਲ ਫਿਰਦਾ ਰਹਿੰਦਾ ਦੀ ਸਾਰਾ ਦਿਨ, ਉਹਦੇ ਤਾਂ ਹੈਗੇ ਨੇ ਲੱਛਣ ਮਾੜੇ, ਕਿਤੇ ਇਹ ਵੀ ਉਹਦੇ ਨਾਲ ਕਿਤੇ ਹੋਰ, ਚੱਲ ਬਾਰੇ ਦੇਖਾਂ ਜਾ ਕੇ ਕਿਹੜਾ ਮੈਂ ਮੁੰਡਿਆ। ਰੇ ਮੋਟੇ ਕੜਾ ਮਰ ਗਿਆ ਰੇ, ਆਟਾ ਛਾਣ ਲੈ, ਆਟਾ ਛਾਣ ਲੈ, ਤੂੰ ਸਾਰਾ ਟੁੱਟਿਆ ਨਜ਼ਰ, ਅਰੇ 12 ਵਜ ਰਹੇ ਐ, ਰੋਟੀ ਦੇ ਦੇ ਛਾਣਿਆ, ਤੂੰ 5 ਪਾ ਕੇ ਲੈ ਛਾਣ ਦੇ, ਆਟਾ ਛਾਣ ਲੈ ਰੇ, ਭੁੱਖ ਲੱਗ ਰਹੀ ਐ, ਰੋਟੀ ਪਕਾ ਦੇ ਰੇ, ਰੋਟੀ ਪਕਾ ਦੇ ਆਟਾ ਛਾਣ ਕੇ, ਦੇ ਮੁੰਡਿਆ ਕਮਾਲ ਹੋ ਗਈ, ਮੈਂ ਮਰ ਜਾ, ਚੌਰੇ ਦਾ ਕੋਈ ਅਤੀ ਪਤੀ ਨੀ ਹੈਗਾ, ਹਾਏ ਹਾਏ ਮੈਂ ਕੰਜਰੋ, ਖੜੇ ਹੋ ਜਾ, ਮੇਰੇ ਸਪਨ ਗਿਰਾਨੀ ਗਵੇ ਆਏਗੀ ਤੂੰ, ਤੂੰ ਜਲਿਆ, ਹਾਏ ਰੱਬਾ, ਓਹੋ ਬੇ ਖੜੇ ਹੋ ਜਾ, ਬਾਹਰ ਤਾਂ ਐਡਾ ਚੰਦ ਚੜ ਗਿਆ, ਖੜੇ ਮਰ ਜਾਓ। ਖੋਲਦੇ ਬਾਹਰ ਕੰਜਰੋ, ਖੋਲਦੇ ਜਿੰਦਾ ਨੀ ਹੈਗਾ, ਘੱਟ ਹੋ ਗਿਆ ਬਾਹਰ ਖੜਕਾਉਂਦੀ ਨੂੰ ਮੈਨੂੰ, ਕੀ ਹੋ ਗਿਆ ਮੰਮੀ, ਸਵੇਰੇ ਸਵੇਰੇ ਨੀਂਦ ਵੀ ਚੰਗੀ ਤਰ੍ਹਾਂ ਖੁੱਲੀ ਨੀ, ਢਾਲ ਕੇ ਰੱਖ ਤਾ, ਹਾਂ ਤੇਰੇ ਪਿਓ ਦਾ ਕਾਜਾ ਹੋ ਗਿਆ, ਉਹ ਦੇਖ ਲੈ ਚੋਰਾ ਚੜ ਗਿਆ ਚੰਦ, ਉਰੇ ਬੈਠਾ ਅੰਦਰ ਫੜਿਆ, ਬਾਈਏ ਬੇੜਾ ਕੀ ਹੋ ਗਿਆ ਤੇਰੇ, ਤੇਰਾ ਬੈਠੇ ਬੇੜਾ ਨਾ ਕੁੱਤਿਆ, ਬਾਹਰੇ ਬਾਹਰੇ ਨਿਕਲ ਜਾ, ਚੱਲ ਉਹ ਖੜੀ, ਚੱਲ ਉਹ ਖੜੀ, ਹੋ ਗਿਆ ਕੀ ਹੋ ਗਿਆ, ਕਿਵੇਂ ਅੱਖਾਂ ਮਾਸਲ ਦਿਨ ਦੇਖੀ, ਦਿਨ ਦੇਖ ਰਿਹਾ ਕਿੱਡਾ ਚੜਿਆ ਪਿਆ, ਉਹ ਚੋਰਾ ਕਿਸੇ ਨੂੰ ਲੈ ਕੇ ਭੱਜ ਗਿਆ, ਕੌਣ ਤੇਰਾ ਬਾਪ, ਤੇਰਾ ਸਹੁਰਾ, ਹੋਰ ਕੌਣ, ਮੰਮੀ ਆ ਜੂਗਾ, ਸਾਨੂੰ ਪੈ ਲੈਣ ਦੋ, ਬੜੀਆਂ ਭੈਣ ਦੀ ਬੂਥੜ ਤੇ ਮਰੂੰਗੀ, ਇੱਥੇ ਬਾਰੇ ਬੁਰੇ ਗਿਆ, ਕਿਤੇ ਨਹੀਂ ਗਿਆ, ਮੈਨੂੰ ਪਤਾ ਉਹਦਾ ਕਿਤੇ ਨਹੀਂ ਜਾਂਦਾ, ਉਹਦੇ ਲੱਛਣ ਮਾੜੇ ਤੇ ਮੈਂ ਦੇਖ ਰਹੀ ਤੇ ਉਹਦੇ ਹਾਲਾਤ ਹੁਣ, ਓਏ ਉਹ ਤਾਂ ਨਿਕਲੇ ਵੀ ਨਹੀਂ ਨਿਕਲਿਆ, ਹੁਣ ਕਿੱਥੇ ਨਿਕਲ ਜੂ, ਨਾ ਉਹ ਹੁਣ ਫੰਗ ਲੱਗੇ ਨੇ, ਪਹਿਲਾਂ ਤੈਨੂੰ ਪਤਾ ਨਹੀਂ ਕਿ ਦੁਨੀਆਦਾਰੀ ਦਾ, ਮੇਰੀ ਗੱਲ ਸੁਣੋ ਮੰਮੀ, ਤੁਸੀਂ ਉਹ ਜਿਹੜੀ ਕੱਟੇ ਜਾਂਦੇ ਹੋ, ਇੱਕ ਦਿਨ ਜਾਊਗਾ ਆ ਜਾਊਗਾ ਆਪੇ, ਫੇਰ ਉਹਨੂੰ ਛੱਡ, ਹਾਂ ਜਿਹੜੀ ਸਾਡੀ ਇੱਜ਼ਤ ਜਾਊਗੀ ਉਹ, ਤੇਰੇ ਤਾਂ ਨਹੀਂ ਹੈਗੀ ਸ਼ੰਗ ਸ਼ਰਮ, ਸਾਡੇ ਤਾਂ ਹੈਗੀ ਹੈ, ਮੰਮੀ ਸਵੇਰੇ ਸਵੇਰੇ ਕਿਉਂ ਦੇ ਰਸ ਦਾ ਚਾਹ ਵੀ ਦੀ ਘੁੱਟ ਵੀ ਨਹੀਂ, ਤੂੰ ਮੇਰੀ ਗੱਲ ਤੈਨੂੰ ਪਿਆਵਾਂ ਕਾਫੀ, ਪਿਆਵਾਂ ਕਾਫੀ ਤੈਨੂੰ, ਹੈ ਹੈ ਬੇ ਕੱਪੜ ਤੋਂ ਪੜ ਜਾਣਾ ਮਾਰੀ ਹੋ ਸਾਰੀ ਜੀ, ਜੁੱਤੀ ਲਾ ਲੈ ਨੀਆਂ ਲੈ, ਜੇ ਨਹੀਂ ਥੱਪੜ ਨਾਲ ਕੰਮ ਚੱਲਦਾ ਹੈਗਾ, ਐ ਲੱਗ ਰਿਹਾ ਕਿਉਂ ਜਵਾ ਕੇਗਾ, ਬੇ ਵਗ ਜਾ ਪਾਲ ਲਿਆ, ਉਹ ਮਲੰਗ ਚ ਲਵੇ ਜਾ, ਜਿਹੜੇ ਇੱਧਰ ਲਵੇ ਉਹਨਾਂ ਦੀ ਅਮਲੀ ਜਾ, ਪਹਿਲੀ ਵਾਰੀ ਕੋਈ ਚੱਜ ਦੀ ਗੱਲ ਕਰੀਏ, ਆਹ ਦੇਖ ਲੈ ਜਾਇਓ ਫਿਰ ਜਾਣਾ ਬਣਦਾ, ਜਾਇਆ ਕਰ।
तू चाह कुट पना नहीं तो अख भी नहीं खुली हाले चंगी तरह छोटी अखा तो बंद ही रहन गिया ए नहीं खुलती एडे एडे कद अखा ने चनिया वर गिया की खुलन गिया है बे मुंह मा धो ला जा धो ला मुंह धो ला मुंह धो ला कंजरा मेरे साले नु की हो गया कदी मैं नहीं गा सर इना ते हो रहा अब बेड़े बेड़ा तरकी कुड़कुड़ लग जाता रे करना ए ए नहीं आंदी